ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜੋਬ ਹਫਤੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਜੋ ਪਿਛਲੇ ਦਿਨੀ ਕਲਰਕ ਦੀ ਪਰធីਦਾ ਜੋ ਟਾਈਪਿੰਗ ਟੈਸਟ ਲਿਆ ਗਿਆ ਸੀ ਹੁਣ ਉਸ ਦੀ ਜੋ ਫਾਈਨਲ ਲਿਸਟ ਆਊਟ ਹੋ ਚੁੱਕੀ ਹੈ ਅਤੇ ਕੈਂਡੀਡੇਟ ਨੂੰ ਇੱਥੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾ ਰਿਹਾ ਹੈ ਤੇ ਇਹ ਲਿਸਟ ਹੈ ਜੀ ਜਿਹੜੇ ਕੈਂਡੀਡੇਟ ਇਸ ਟਾਈਪਿੰਗ ਟੈਸਟ ਦੇ ਵਿੱਚ ਪਾਸ ਹੋਏ ਹਨ ਤੇ ਉਹਨਾਂ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਇਆ ਜਾ ਰਿਹਾ ਹੈ ਤੇ ਕਦੋਂ ਤੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਹੀ ਹੈ ਤੇ ਕੀ ਕੀ ਤੁਸੀਂ ਡਾਕੂਮੈਂਟ ਲੈ ਕੇ ਜਾਣੇ ਹਨ ਉਹ ਸਭ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਤੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਚੱਲਦੇ ਹਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ਼ਤਿਹਾਰ ਨੰਬਰ 17 ਆਫ 2021 ਕਲਰਕ ਦੀ ਜੋ ਭਰਤੀ ਹੈ ਤੇ ਜਿੰਨੇ ਵੀ ਇਸ ਦੇ ਵਿੱਚ ਇਸ਼ਤਿਹਾਰ ਹਨ ਜਿਵੇਂ ਕਿ ਕਲਰਕ ਆਈਟੀ ਕਲਰਕ ਜੋ ਅਕਾਊਂਟ ਦੀ ਭਰਤੀ ਹੈ ਜਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਜੋ ਭਰਤੀ ਹੈ ਤੇ ਇਸ ਦੇ ਵਿੱਚ ਕਲਰਕ ਅਕਾਊਂਟ ਦੀ ਜੋ ਭਰਤੀ ਜੋ ਐਡਵਰਟਾਈਜ਼ਮੈਂਟ ਨੰਬਰ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਜੋ ਸਾਰੇ ਕਾਉਂਸਲਿੰਗ ਡੇਟ ਆਊਟ ਹੋ ਚੁੱਕੇ ਹਨ 17 8 2024 ਨੂੰ ਹੋਏ ਟਾਈਪਿੰਗ ਟੈਸਟ ਵਿੱਚ ਸਫਲ ਹੋਏ ਉਮੀਦਵਾਰਾਂ ਦੀ ਕਾਉਂਸਲਿੰਗ ਮਿਤੀ 4 9 2024 ਦਿਨ ਬੁੱਧਵਾਰ ਨੂੰ ਕੀਤੀ ਜਾਵੇਗੀ ਟਾਈਪਿੰਗ ਟੈਸਟ ਵਿੱਚ ਸਫਲ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਅਨਕਸ਼ਰ ਈ ਵਿੱਚ ਉਹਨਾਂ ਦੇ ਨਾਮ ਦੇ ਸਾਹਮਣੇ ਦਰਸਾਏ ਟਾਈਮ ਅਨੁਸਾਰ ਕਾਉਂਸਲਿੰਗ ਲਈ বন ਵਿਭਾਗ ਫੋਰੈਸਟ ਕੰਪਲੈਕਸ ਸੈਕਟਰ 68 ਮੁਹਾਲੀ ਵਿਖੇ ਹਾਜ਼ਰ ਹੋਣ ਯਾਨੀ ਕਿ ਤੁਹਾਡੀ ਜੋ ਕਾਉਂਸਲਿੰਗ ਹੈ 4 ਸਤੰਬਰ ਨੂੰ ਹੋਣ ਵਾਲੀ ਹੈ ਅਤੇ ਜੋ ਤੁਸੀਂ ਕਾਉਂਸਲਿੰਗ ਵਾਸਤੇ ਕਿਹੜੇ ਐਡਰੈਸ ਐਡਰੈਸ ਤੇ ਉੱਤੇ ਜਾਣਾ ਹੈ ਜੋ ਕਿ 1 1 ਕੰਪਲੈਕਸ ਸੈਕਟਰ 68 ਮੁਹਾਲੀ ਜੋ ਤੁਸੀਂ ਜਾਣਾ ਹੈ ਤੇ ਕਾਉਂਸਲਿੰਗ ਵਿੱਚ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਹਨ ਉਹ ਵੀ ਤੁਸੀਂ ਦੇਖ ਸਕਦੇ ਹੋ ਤੇ ਕਾਉਂਸਲਿੰਗ ਜੋ ਟਾਈਮ ਹੈ ਜਾਂ ਇਸ ਦਾ ਸ਼ੈਡਿਊਲ ਹੈ ਉਹ ਕੈਂਡੀਡੇਟ ਦੇ ਨਾਮ ਦੇ ਸਾਹਮਣੇ ਜੋ ਦਰਸਾਇਆ ਹੋਵੇਗਾ ਜੋ ਥੱਲੇ ਕੈਂਡੀਡੇਟ ਦੀ ਲਿਸਟ ਆਊਟ ਕੀਤੀ ਗਈ ਹੈ ਉਸ ਤੋਂ ਪਹਿਲਾਂ ਤੁਸੀਂ ਅਨੈਕਸਰ A B ਅਤੇ C ਜੋ ਨੱਥੀ ਪਰਫਾਰਮੇ ਨਾਲ ਪੇਸ਼ ਕਰਨਗੇ ਜੋ ਥੱਲੇ ਪਰਫਾਰਮੇ ਦਿੱਤੇ ਹੋਣਗੇ ਤੁਸੀਂ ਪ੍ਰਿੰਟ ਆਊਟ ਨਿਕਲਵਾ ਕੇ ਉਹਨਾਂ ਨੂੰ ਪਰਨਹਿਤ ਨਾਲ ਲੈ ਕੇ ਜਾਣਾ ਹੈ ਅਨੈਕਸਰ E ਕੇਵਲ ਕਾਉਂਸਲਿੰਗ ਲਈ ਸ਼ੈਡਿਊਲ ਹੈ ਇਹ ਅੰਤ मेरिट लिस्टल ਨਹੀਂ ਹੈ ਜਾਨਕੀ ਜੇ ਤੁਸੀ ਕਾਉਂਸਲਿੰਗ ਲਈ ਹੀ ਜਾ ਰਹੇ ਹੋ ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਡੀ ਜੋ ਪੋਸਟ ਹੈ ਜਾਂ ਤੁਹਾਡੀ ਸਿਲੈਕਸ਼ਨ ਹੈ ਉਹ ਪੱਕੀ ਹੋ ਗਈ ਹੈ ਤੇ ਇਸ ਦੇ ਵਿੱਚ ਸਿਰਫ ਕਾਉਂਸਲਿੰਗ ਲਈ ਹੀ ਬੁਲਾਇਆ ਜਾ ਰਿਹਾ ਤੁਹਾਨੂੰ ਤੇ ਉਸ ਤੋਂ ਬਾਅਦ ਏ ਅਨੈਕਸਰ ਏ ਹੈ ਇਸ ਨੂੰ ਤੁਸੀਂ ਕਢਵਾ ਲੈਣਾ ਹੈ ਇਸ ਦੇ ਵਿੱਚ ਜੋ ਡਿਟੇਲ ਹੈ ਉਹ ਤੁਸੀਂ ਭਰ ਲੈਣੀ ਹੈ ਤੇ ਜੋ ਡਿਟੇਲ ਤੁਹਾਨੂੰ ਨਹੀਂ ਪਤਾ ਲੱਗ ਰਹੀ ਤਾਂ ਉਸ ਨੂੰ ਤੁਸੀਂ ਖਾਲੀ ਛੱਡ ਦੇਣਾ ਹੈ ਜਦੋਂ ਤੁਸੀਂ ਕਾਉਂਸਲਿੰਗ ਲਈ ਜਾਓਗੇ ਤਾਂ ਤੁਸੀਂ ਉੱਥੋਂ ਇਸ ਡਿਟੇਲ ਨੂੰ ਪੁੱਛ ਕੇ ਭਰ ਸਕਦੇ ਹੋ ਇਹ ਸਾਰੇ ਜੋ ਅਨੈਕਸਰ ਦਿੱਤੇ ਗਏ ਹਨ ਏ ਬੀ ਸੀ ਇਹ ਸਾਰੇ ਤੁਸੀਂ ਪ੍ਰਿੰਟ ਆਊਟ ਨਿਕਲਵਾ ਲੈਣੇ ਹਨ ਤੇ ਉਸ ਤੋਂ ਬਾਅਦ ਤੁਸੀਂ ਡਾਕੂਮੈਂਟ ਕਿਹੜੇ ਲੈ ਕੇ ਜਾਣੇ ਹਨ ਜਿਵੇਂ ਕਿ ਇੱਥੇ ਅਨਕਸ਼ਰ ਡੀ ਵਿੱਚ ਦੱਸਿਆ ਗਿਆ ਹੈ ਦਸਤਾਵੇਜ਼ ਸਰਟੀਫਿਕੇਟ ਤਰਦੀਵਾਰ ਅਨੁਸਾਰ ਜੋ ਕਿ ਸੈਲਫ ਅਟੈਸਟਡ ਫੋਟੋਕਾਪੀਆਂ ਹੋਣ ਤੇ ਇਸ ਦੇ ਵਿੱਚ ਜੋ ਕਿ ਤੁਹਾਡੀ ਫਾਈਲ ਹੋਵੇਗੀ ਉਹਦੇ ਵਿੱਚ ਤੁਹਾਡੀਆਂ ਸਵੈ ਤਸਦੀਕ شدہ ਫੋਟੋਕਾਪੀਆਂ ਸਮੇਤ ਫਾਈਲ ਕਵਰ ਨਾ ਕਿ ਪਲਾਸਟਿਕ ਦੇ ਫੋਲਡਰ ਵਿੱਚ ਟੈਗ ਨਾਲ ਨੱਥੀ ਪੇਸ਼ ਕਰਨੇ ਯਕੀਨੀ ਬਣਾਉਣ ਤੇ ਉਮੀਦਵਾਰ ਜਿੰਨੇ ਵੀ ਉੱਪਰ ਅਨਕਸ਼ਰ ਦਿੱਤੇ ਗਏ ਹਨ ਉਹ ਤੁਸੀਂ ਕਢਵਾਉਣੇ ਹਨ ਤੇ ਨਾਲ ਉੱਪਰ ਤਾਜ਼ਾ ਪਾਸ ਪੋਰਟ ਸਾਈਜ਼ ਫੋਟੋਆਂ ਚਿਪਕਾ ਕੇ ਪੇਸ਼ ਕਰਨਗੇ ਆਨਲਾਈਨ ਐਪਲੀਕੇਸ਼ਨ ਫਾਰਮ ਜਦੋਂ ਤੁਸੀਂ ਫਾਰਮ ਨੂੰ ਭਰਿਆ ਸੀ ਉਹ ਤੁਹਾਡਾ ਐਪਲੀਕੇਸ਼ਨ ਫਾਰਮ ਇਸ ਦੇ ਵਿੱਚ ਤੁਸੀਂ ਨਾਲ ਨੱਥੀ ਕਰਨਾ ਹੈ ਤੁਹਾਡੀ 10ਵੀਂ 12ਵੀਂ ਜੋ ਤੁਸੀਂ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਨਾਲ ਲਗਾ ਰਹੇ ਹੋ ਉਹ ਤੁਸੀਂ ਇੱਥੇ ਅਟੈਚ ਕਰਨੇ ਹਨ ਇਹਨਾਂ ਦੀ ਫੋਟੋਕਾਪੀਆਂ ਤੇ オリジナル ਸਰਟੀਫਿਕੇਟ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਤੁਹਾਡੇ ਐਸਸੀ ਬੀਸੀ ਜਰਨਲ ਜਾਂ ਈਡਬਲਯੂਐਸ ਜਾਂ ਹੈਂਡੀਕੈਪ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਐਕ ਸਰਵਿਸਮੈਨ ਜੋ ਸੈਲਫ ਜਾਂ ਡਿਪੈਂਡੈਂਟ ਉਹਨਾਂ ਲਈ ਵੀ ਜੋ ਸਰਟੀਫਿਕੇਟ ਤੁਹਾਡੇ ਹੋਣੇ ਜ਼ਰੂਰੀ ਹਨ ਤੇ ਉਸ ਤੋਂ ਬਾਅਦ ਇੱਥੇ ਦੇਖ ਸਕਦੇ ਹੋ ਕਿ ਸ਼ਡਿਊਲ ਫਾਰ ਕਾਉਂਸਲਿੰਗ ਡੇਟ 4 9 2024 ਕਲਰਕ ਕਮ ਡਾਟਾ ਐਂਟਰੀ ਆਪਰੇਟਰ ਜੋ ਕਿ ਐਡਵਰਟਾਈਜ਼ਮੈਂਟ ਨੰਬਰ ਸੀ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਤੁਸੀਂ ਦੇਖਣਾ ਹੈ ਐਪਲੀਕੇਸ਼ਨ ਨੰਬਰ ਹੈ ਕੈਂਡੀਡੇਟ ਦਾ ਕੈਂਡੀਡੇਟ ਦਾ ਨਾਮ ਹੈ ਫਾਦਰ ਨੇਮ ਹੈ ਡੇਟ ਆਫ ਬਰਥ ਹੈ ਕੈਟਾਗਰੀ ਕਿਹੜੀ ਹੈ ਟਾਈਪਿੰਗ ਟੈਸਟ ਦਾ ਰਿਜ਼ਲਟ ਕੁਆਲੀਫਾਈ ਹੈ ਰਿਟਰਨ ਟੈਸਟ ਦੇ ਵਿੱਚ ਕਿੰਨੇ ਨੰਬਰ ਹਨ ਉਹ ਤੁਸੀਂ ਦੇਖ ਸਕਦੇ ਹੋ ਕਾਉਂਸਲਿੰਗ ਟਾਈਮ ਕੀ ਹੈ ਸਵੇਰੇ 10 ਵਜੇ ਤੇ ਕਮੇਟੀ ਨੰਬਰ ਕੀ ਹੈ 1 ਇੱਥੇ ਦੱਸਿਆ ਗਿਆ ਹੈ ਸਾਰੇ ਕੈਂਡੀਡੇਟ ਨੇ ਆਪਣੇ ਨਾਮ ਦੇ ਅੱਗੇ ਇਹ ਸਾਰੀ ਡਿਟੇਲ ਦੇਖਣੀ ਹੈ ਤੇ ਕਿੰਨੇ ਵਜੇ ਕੈਂਡੀਡੇਟ ਨੂੰ ਬੁਲਾਇਆ ਜਾ ਰਿਹਾ ਹੈ ਕਿਹੜਾ ਕਮੇਟੀ ਨੰਬਰ ਹੈ ਤੁਹਾਡਾ ਇਹ ਸਭ ਕੁਝ ਡਿਟੇਲ ਤੁਸੀਂ ਦੇਖ ਕੇ ਹੀ ਇੱਥੇ ਜਾਣਾ ਹੈ ਉਸ ਤੋਂ ਬਾਅਦ ਕਲਰਕ ਅਕਾਊਂਟ ਦੇ ਜੋ ਐਡਵਰਟਾਈਜ਼ਮੈਂਟ ਨੰਬਰ ਹੈ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਵੀ ਸ਼ਡਿਊਲ ਦੱਸਿਆ ਹੋਵੇਗਾ ਉਸ ਅਨੁਸਾਰ ਹਰ ਹੀ ਤੁਸੀਂ ਇੱਥੇ ਜਾਣਾ ਹੈ ਇਸ ਦੇ ਵਿੱਚ ਜਿੰਨੇ ਵੀ ਕਲਰਕ ਡਾਟਾ ਐਂਟਰੀ ਆਪਰੇਟਰ ਜਾਂ ਕਲਰਕ ਅਕਾਊਂਟ ਜਾਂ ਕਲਰਕ ਹੋਰ ਜੋ ਭਰਤੀ ਸੀ ਉਹ ਸਾਰਿਆਂ ਦੀ ਡਿਟੇਲ ਇੱਥੇ ਆਊਟ ਕਰ ਦਿੱਤੀ ਗਈ ਹੈ ਤੇ ਜਿਹੜੇ ਵੀ ਕੈਂਡੀਡੇਟ ਨੇ ਇੱਥੇ ਜੋ ਕਲਰਕ ਦੇ ਫਾਰਮ ਭਰੇ ਹੋਣਗੇ ਜਾਂ ਕਲਰਕ ਦੇ ਜੋ ਟਾਈਪਿੰਗ ਟੈਸਟ ਵਿੱਚ ਕੁਆਲੀਫਾਈ ਕੈਂਡੀਡੇਟ ਹਨ ਉਹ ਸਾਰੇ ਇਸ ਵੀਡੀਓ ਨੂੰ ਚੈੱਕ ਕਰ ਸਕਦੇ ਹਨ ਅਤੇ ਇਸ ਲਿਸਟ ਦੇ ਵਿੱਚ ਆਪਣਾ ਨਾਮ ਦੇਖ ਸਕਦੇ ਹਨ ਤਾਂ ਜੋ ਉਹ ਕੱਲ ਨੂੰ ਜੋ ਤੁਹਾਡੀ ਕਾਉਂਸਲਿੰਗ ਹੋਣ ਜਾ ਰਹੀ ਹੈ ਉਸ ਵਿੱਚ ਜੋ ਸਮੇਂ ਸਿਰ ਹਾਜ਼ਰ ਹੋਣ ਤੇ ਆਈ ਥਿੰਕ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੇ ਹੋਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਨ ਜਵਾ